हाय दोस्तों, मैं सनी जोड़ा स्नेक कैचर बठिंडा तो अज आए हैं करमा भाई दे क्रिकेट अकैडमी दे विच। इत्थे सप्प हैगा ते सप्प है जिहड़ा उह इस पाइप दे विच बैठा है, तुहानू मैं दिखा दिंदा। बैटरी भी थोड़ी फ्यूज होगी। हाँ जी, इस पाइप दे विच उत्थे जे सप्प बैठा होएगा ओ बैठा। इंजन रेड स्नेक है जी, कढ़दे आ बाहर, बाहर कढ़ के तुहानू दिखाउंदे आ। आ देखो किड्डे किड्डे बांस लैके आए ने, ये अज हटदे नहीं कढ़णगे। सो दोस्तों कढ़दे आ सप्प, फड़दे आ। आ जिथे आ मिट्टी की ढेरी है ना, इथे ए थले बैठा जमा। हाँ नहीं, आ पाइप दे विच इहदे हेठां ही है जी, बड़ी दूर नहीं हैगा। आ भाई वीडियो बनायो, आ जाओ। ला वीडियो बनायो, चली जाती है, बस फट के रखना है, फोकस कर लियो। मारो मारो आ मारो भाई मार निके। लम्मी पा लाना भाई, परा हो जाओ। दवाई बना लेनी अखा ली की खावांगे यूट्यूब चैनल अपने बहुत देखते ना इन्हों का, सबसक्राइब करो सारे यार नाले भाई, बहुत भले काम करते हैं गांव भाग जाना भाई ਥੱਲੇ ਲਾ ਕੇ ਰੱਖ, ਆਪਾਂ ਤਾਂ ਨਿਕਲਣੇ ਨਹੀਂ ਸੀ। ਇਹਦੀ ਅਰਥੀ ਕੱਢੂਗਾ, ਨਹੀਂ ਉਹ ਸਾਹ ਹੁੰਦਾ ਇਹਨਾਂ ਨੂੰ ਫੜਨ ਦਾ, ਕਿੱਥੋਂ ਫੜਨਾ, ਉੱਥੇ ਹੀ ਫੜੂ ਇੱਥੇ ਇਹ ਸਰ ਫੜੂਗਾ। ਹਾਂ ਨਹੀਂ ਤੁਸੀਂ ਜੇ ਥੋੜ੍ਹੇ ਲੜ ਜੇ ਫਿਰ ਪੁੱਛ ਲਿਆ ਇਹਨਾਂ ਕੋਲੇ ਲਾ ਜੂੰਗਾ, ਨਾਲ ਹੁੰਦਾ ਨਾਲ ਤੇਰੇ ਪਤਾ ਬਈ ਹੁੰਦੇ ਜੀ। बच गया टंबे।
ਮਾਰ ਦਿੰਦਾ ਸੀ ਉਸ ਤੋਂ ਨਹੀਂ ਆਵੇਂ ਸ਼ਹੀਦ ਹੋ ਜਾਣਾ ਕਿੰਨਾ ਚੱਲ ਰਿਹਾ ਬਈ ਕੈਮਰਾਮੈਨ ਕਿੱਧਰ ਗਿਆ ਮੇਰਾ ਹਾਂ ਬਈ ਅੱਛਾ ਕਿੰਨਾ ਚੱਲ ਰਿਹਾ ਬਈ ਕੈਮਰਾ ਫੋਕਸ ਕਰੋ ਹਾਂਜੀ ਦੋਸਤੋ ਮੇਰੇ ਗੱਲ ਮੇਰੇ ਵੱਲ ਕਰਿਓ ਵੀਰੇ ਹਾਂਜੀ ਕੈਮਰੇ ਦੇ ਵਿੱਚ ਦੇਖ ਕੇ ਫਿਰ ਠੀਕ ਹੈ ਹਾਂਜੀ ਦੋਸਤੋ ਇਹ ਇੰਡੀਅਨ ਰੈਡ ਸਨੇਕ ਹੈਗਾ ਧਾਮਨ ਨਸਲ ਦਾ ਸੱਪ ਹੈ ਬਿਨਾਂ ਜ਼ਹਿਰ ਤੋਂ ਹੈ ਬਿਲਕੁਲ ਵੀ ਜ਼ਹਿਰ ਨਹੀਂ ਹੁੰਦੀ ਇਹਦੇ ਵਿੱਚ ਬਸ ਇਹ ਸਿਰਫ ਲੈਂਥ ਦੇ ਵਿੱਚ ਪੂਰਾ ਭਾਰੀ ਔਰ ਲੰਬਾ ਹੋ ਜਾਂਦਾ ਹੈਗਾ ਉਹਦੇ ਕਰਕੇ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਇਹ ਸਾਡਾ ਫਸਲੀ ਮਿੱਤਰ ਹੈਗਾ ਇਹ ਸੱਪ ਨੂੰ ਖੇਤਾਂ ਦੇ ਵਿੱਚ ਹੋਣਾ ਜ਼ਰੂਰੀ ਹੈਗਾ ਕਿਉਂਕਿ ਜਿਹੜੇ ਖੇਤਾਂ 'ਚ ਸਾਡੀਆਂ ਜਿਹੜੀਆਂ ਫਸਲਾਂ ਨੂੰ ਖਰਾਬ ਕਰਨ ਵਾਸਤੇ ਕੀੜੇ ਮਕੌੜੇ ਚੂਹੇ ਆ ਜਾਂਦੇ ਨੇ ਉਹਨਾਂ ਨੂੰ ਖਾ ਕੇ ਇਹ ਆਪਦਾ ਗੁਜ਼ਾਰਾ ਕਰਦਾ ਔਰ ਸਾਡੀਆਂ ਫਸਲਾਂ ਨੂੰ ਉਹਨਾਂ ਤੋਂ ਬਚਾਉਂਦਾ ਅਤੇ ਸਾਡਾ ਮਿੱਤਰ ਹੈਗਾ ਪਰ ਅਸੀਂ ਇਹਦੀ ਲੰਬਾਈ ਚੌੜਾਈ ਦੇਖਦੇ ਹੋਏ ਇਹਨੂੰ ਮਾਰ ਦਿੰਦੇ ਹਾਂ ਸਾਨੂੰ ਡਰ ਲੱਗਦਾ ਵੀ ਐਡਾ ਲੰਬਾ ਚੌੜਾ ਸੱਪ ਹੈ ਯਾਰ 10 ਫੁੱਟ ਦਾ ਹੈਗਾ ਪਤਾ ਨਹੀਂ ਕੀ ਕਰੂਗਾ ਅਸੀਂ ਉਹਦੀ ਡਾਂਗ ਚੱਕਦੇ ਹਾਂ ਮਾਰਦੇ ਸੋ ਇੰਨਾ ਹੀ ਪਹਿਚਾਣ ਕਰ ਲਓ ਇਹਨਾਂ ਸੱਪਾਂ ਨੂੰ ਮਾਰੋ ਨਾ ਇਹ ਜ਼ਹਿਰੀਲਾ ਨਹੀਂ ਹੈ ਜੀ ਬਿਲਕੁਲ ਵੀ ਜ਼ਹਿਰ ਨਹੀਂ ਹੈ ਇਸਦੇ ਵਿੱਚ ਇਹ ਚੂਹੇ ਖਾਣਾ ਸੱਪ ਹੈਗਾ ਚਲੋ ਭਾਜੀ ਭਾਜੀ ਸਾਨੂੰ ਤਾਂ ਡਰ ਲੱਸੀ ਨਾ ਤੁਸੀਂ ਆ ਗਏ ਧੰਨਵਾਦ ਤੁਹਾਡਾ ਬਹੁਤ ਬਹੁਤ ਨਹੀਂ ਤਾਂ ਸਾਡਾ ਮੈਚ ਹੀ ਸਾਨੂੰ ਮੈਚ ਹੀ ਲੱਗਿਆ ਵੀ ਇੱਧਰ ਬੋਲ ਆਉਂਦੀ ਬਾਰ ਬਾਰ ਮੈਂ ਹੀ ਖੇਡਿਆ ਸਾਰਾ ਤੋਂ ਬੱਚੇ ਸਾਡੇ ਕੋਲੇ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਫੜੋ ਆਪਦੇ ਰਿਸਕ ਦੇ ਉੱਤੇ ਨਹੀਂ ਨਹੀਂ ਤਿਆਰ ਹੋ ਕਹਿੰਦੇ ਸੀ ਫੜਦੇ ਕਿਉਂਕਿ ਬਾਈਕ ਤਾਂ ਕਰਦਾ ਹੀ ਕਰਦਾ ਕੀੜੀ ਵੀ ਬਾਈਕ ਕਰਦੀ ਹੈ ਅਗਰ ਅਸੀਂ ਕੀੜੀ ਨੂੰ ਵੀ ਜ਼ੋਰ ਨਾਲ ਫੜਾਂਗੇ ਤਾਂ ਉਹ ਵੀ ਸਾਡੇ ਤੋਂ ਨਹੀਂ ਬਣਦੀ ਹਾਂਜੀ ਹਾਂਜੀ ਇਹਨੇ ਕੁਛ ਖਾਧਾ ਹੋਇਆ ਹੈਗਾ ਹਾਂ ਪੇਟ ਦੇ ਵਿੱਚ ਇਹਦੇ ਖਾਣ ਦੇ ਕੁਛ ਹੈ ਉਹਨੇ ਵੀ ਹੱਥ ਕੱਢੂਗਾ ਇਸਦੇ ਉਹ ਹੱਥ ਬੋਲੇ ਡਰਦਾ ਕਿਉਂ ਹੈ ਬੜਾ ਤੇਜ਼ ਭੱਜਦਾ ਬਹੁਤ ਕਿੱਡੀ ਹਾਈਟ ਕਿੱਡੀ ਹਾਈਟ ਆਈ ਹਾਈਟ ਕਿੱਡੀ ਕਾ ਹੈਗਾ ਇਹ ਤਕਰੀਬਨ 5.5 ਦਾ 5.5 ਫੁੱਟ ਦਾ ਹੈ ਮੈਂ ਤੁਹਾਨੂੰ ਕਹਿ ਤੁਹਾਡੇ ਤੁਸੀਂ ਕਹਿ ਤੁਹਾਡੇ ਤੋਂ ਉੱਚਾ ਵਾ ਉੱਚਾ ਵਾ ਮੈਂ ਤੁਹਾਨੂੰ ਕਹਿ ਤੁਹਾਡੇ ਤੋਂ ਉੱਚਾ ਪਤਾ ਕਿਸੇ ਅਕੈਡਮੀ ਹੈ ਨਾ ਇੱਕ ਤਾਂ ਹੈਗਾ ਹੀ ਹੈ ਇੱਕ ਸਣੀ ਭਾਈ ਆਪਣੀ ਅਕੈਡਮੀ ਦੂਜੀ ਗੱਲ ਬੱਚੇ ਇੱਥੇ ਸਾਰੇ ਆਪਾਂ ਖੇਡਦੇ ਨਾ ਤੁਹਾਨੂੰ ਡਰਦਾ ਹੁਣ ਲੱਗਦਾ ਹੀ ਹੈ ਨਾ ਬਿਲਕੁਲ ਸਹੀ ਹੈ ਕਾਹਨ ਦੇ ਨਹੀਂ 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 ਇਹ ਸ਼ੌਂਕ ਹੈ ਕੋਈ ਸਨੈਪ ਬਣੀ ਪਾਤੀ ਕੋਈ ਜੀ ਮੇਰੇ ਬਾਈਕ ਹੋ ਗਈ